ਸਾਰੇ ਬਾਬਿਓ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਤੇ ਪਹੁੰਚ ਗਿਆ ਸਾਡਾ ਚੁੱਲ੍ਹਾ ਖਰਾਬ ਹੋ ਗਿਆ ਤਾਂ ਇਦਾਂ ਦੱਸ ਪਹਿਲਾਂ ਓ ਯਾਰ ਅਸੀਂ ਨਵੇਂ ਬਲੌਗ 'ਚ ਸਵਾਗਤ ਹੈ ਓ ਯਾਰ ਚੁੱਲ੍ਹੇ ਨੇ ਇੰਨਾ ਖੱਜਲ ਕੀਤਾ ਬਾਬਿਓ ਕਿੰਨਾ ਕਿੰਨਾ ਇਦਾਂ ਹੁੰਦਾ ਮੇਰਾ 6ਵੀਂ ਵਾਰ ਹੋ ਗਿਆ ਸਿਲੰਡਰ 'ਚ ਪਾਣੀ ਆਈ ਜਾਂਦਾ ਕਦੇ ਤੇਲ ਆਈ ਜਾਂਦਾ ਚੁੱਲ੍ਹੇ ਦੀ ਇਹੀ ਤੇ ਚੜ੍ਹ ਗਿਆ ਮਾਰੇ ਭਾਗਾਂ ਦੀਆਂ ਨਿਸ਼ਾਨੀਆਂ 2 ਸਾਲਾਂ 'ਚ 4 ਰੈਗੂਲੇਟਰ ਬਦਲਤੇ 2 ਵਾਰ ਜਾ ਇੱਧਰ ਇੱਧਰ ਫੱਕਰਾਂ ਦੀ ਸੇਵਾ ਹੀ ਨਹੀਂ ਕਰਨੀ ਤੁਹਾਨੂੰ ਕੀ ਪਤਾ ਜਾ चाहे नी बुलानी घोड़ा वाली होना भरावा घोड़ स्पेशल बाई ने ना आईफोन ले लिया मैं एक दिन कहा मैं कहा भाई फोटो खिच जान के लस्सी करनी मेरी ने फोटो खिच कहना मैं नहीं खिचदा ਬਾਈ ਲੈਵਲ ਚੱਕ ਗਿਆ ਇਹਨੇ ਜਿਹਾ ਪਤਾ ਇਹਨੇ ਜਾਣ ਕੇ ਮੈਨੂੰ ਪਤਾ ਇਹਦੇ ਬਾਰੇ ਤੁਹਾਨੂੰ ਪਤਾ ਇਹਨੇ ਜਾਣ ਕੇ ਲੱਸੀ ਕਰਨੀ ਹੁੰਦੀ ਮੈਨੂੰ ਪਤਾ ਅਮ ਟੋਪੀ ਤਾਂ ਦਾ ਪੁਰਾਣੀ ਆ ਮੈਂ ਨਾ ਜਦੋਂ ਸ਼ੁਰੂ ਤੇ ਆਤਾ ਹੀ ਆ ਬਈ ਜਾਣ ਕੇ ਬਣ ਤਣ ਕੇ ਰਹਿਣਾ ਹਾਂ ਹਾਂ ਸਹੀ ਗੱਲ ਨਸ਼ਾ ਤਾਂ ਦੂਰ 2 ਚਮਚੇ ਦੇਸੀ ਘੇ ਦੇ ਹਾਂ ਜੇ 2.5 ਖਾ ਲਵਾਂ ਇਹ ਪੁਰਾਣਾ ਡਾਇਲੌਗ ਆ ਜੇ ਮੈਂ 2.5 ਖਾ ਲਵਾਂ ਫਿਰ ਤੁਹਾਨੂੰ ਪਤਾ ਹੀ ਆ ਕਿਆ ਹੋ ਜਾਂਦਾ ਚੱਲ ਬਾਥਰੂਮ ਚੱਲ ਬਾਥਰੂਮ ਪਚਦੇ ਨਹੀਂ 2 ਪਚ ਜਾਂਦੇ ਸਹੀ ਗੱਲ ਆ ਤੇ ਹੁਣ ਹੈਗਾ ਮੈਂ ਇਦਾਂ ਦਾ ਹੀ ਆ ਗੁੱਸਾ ਨਾ ਕੋਈ ਕਰੇ ਉਹ ਮੇਰਾ ਭਰਾ ਮੈਂ ਤਾਂ ਥੋੜਾ ਜਿਹਾ ਭੌਂਕ ਜਿਆਦੇ ਹੋ ਜਾਂਦਾ ਠੀਕ ਨਹੀਂ ਢਿੱਡੀ ਉਹ ਨਾ ਮੈਂ ਰਿਕਸ਼ਾ ਪਾਣ ਲੱਗਾ ਅੱਛਾ ਰਿਕਸ਼ਾ ਪਾਣ ਲੱਗਾ ਉਹ 3 ਟੈਰੀ ਠੀਕ ਆ ਉਹਦਾ ਸੰਪਰਕ ਕਰਨਾ ਮੇਰਾ ਭਾਈ ਕੋਈ ਗੇੜਾ ਹੋਇਆ ਦੱਸਣਾ ਇੰਸਟਾਗ੍ਰਾਮ ਆਈਡੀ ਕੰਮ ਆ K4 ਕੰਮ ਆ 307 ਮੈਂ ਨੰਬਰ ਦੱਸਣ ਨੂੰ ਫਿਰਦਾ ਤੂੰ ਇੰਸਟਾਗ੍ਰਾਮ ਇਹ ਦੱਸੀ ਜੰਨਾ ਨੰਬਰ ਲਿਖੋ 9876543210 ਜਾਂ ਮਰਜ਼ੀ ਲਾ ਲਿਓ ਬੰਦੇ ਮਿਲੂਗਾ 9876543210 ਨੰਬਰ ਮੇਰਾ ਭਾਈ ਇਹ ਆ ਜਦ ਮਰਜ਼ੀ ਲਾ ਲਿਓ ਆਪਾਂ ਜਿਹੜੇ ਤਿੰਨ ਟੈਰੀ ਭੁੰਡੀ ਲੈ ਕੇ ਆ ਜਾ ਕਰਨਾ ਟ੍ਰੇਨ ਜਦ ਮਰਜ਼ੀ ਲਾ ਲਿਓ ਲੱਗਣਾ ਹੀ ਨਹੀਂ ਨੰਬਰ ਇਹ ਆਪ ਜੀ ਨਿਕਾਹ ਤੇ ਲੱਗਣਾ ਤੇ ਬਾਬੇ ਹੁਣ ਆਇਓ ਆਪਾਂ ਯਾਰ ਕਾਲੂ ਬਾਈ ਕੋ ਆਪਣੇ ਉਹ ਭਾਜੀ ਆਪ ਫਿਰ ਚੁੱਲ੍ਹਾ ਸਾਡਾ ਯਾਰ ਇੰਨਾ ਖੱਜਲ ਕੀਤਾ ਨਾ ਚੁੱਲ੍ਹਾ ਬਾਬੇ ਰੈਗੂਲੇਟਰ ਨਾ ਮਲਿਆ ਨਾ ਉਹ ਗੈਸ ਵਾਲੀ ਆਪਾਂ ਐਸੇ ਤੇ ਹੀ ਦੇਖ ਜਾਣੀ ਬਾਬੇ ਆ ਸਿਲੰਡਰ ਵਾਲਿਆਂ ਦੇ ਜਾ ਕੇ ਹਾਂ ਓਏ ਇਹਨੂੰ ਪਤਾ ਨਹੀਂ ਲੱਗਿਆ ਪਤਾ ਲੱਗ ਗਿਆ ਤਾਂ ਹੀ ਘਮਾਤਾ ਪਤਾ ਨਹੀਂ ਲੱਗਿਆ ਬੰਦ ਕਰਕੇ ਚਲਾ ਆਇਆ ਦੇਖੋ ਦਾ ਮੁੰਡੇ ਟੌਰ ਤੇ ਹੈ ਯਾਰ ਪੂਰੀ ਪੂਰੀ ਟੌਰ ਆ ਜੇ ਕਿਤੇ ਸਿਗਰਟ ਲੱਗੀ ਹੁੰਦੀ ਨਾ ਆਹਾ ਹਾ ਸਵਾਦੇ ਆ ਜਾਣਾ ਤਾਂ ਕਈ ਪਰ ਮੈਂ ਇਦਾਂ ਦੀ ਚੀਜ਼ ਕਰਦਾ ਨਹੀਂ ਨਹੀਂ ਕਈ ਪਰ ਕਹਿੰਦੇ 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 ਕੰਮ ਆ ਸਾਡਾ ਉਹ ਗੋਨਿਆਣਾ ਮਾਨ ਲੱਗਦਾ ਸੱਚੀ ਲੱਗਦਾ ਗੋਨਿਆਣਾ ਮਾਨ ਨਹੀਂ 59 ਗਿਆਰਾਂ 59 ਗਿਆਰਾਂ 5 ਕ ਹੋਰ ਮਾਰ ਦਵਾਂ ਨਾ ਨਾ ਬਹੁਤ ਜ਼ਿਆਦਾ ਹੋ ਜਾਣੀ ਹੈ ਜ਼ਿਆਦਾ ਹੋ ਜਾਣੀ ਜ਼ਿਆਦਾ 59 ਵੀ ਕਹਿੰਦੇ 59 ਗਿਆਰਾਂ ਵੀ ਕਹਿੰਦੇ ਕਹਿੰਦੇ ਕੰਮ ਦਾ ਪੂਰਾ ਗੋਨਿਆਣਾ ਲੱਗਦਾ ਗੋਨਿਆਣਾ ਇਹ ਫੇ ਮੈਨੂੰ ਹੁਣ ਨਾ ਫੇ ਜਾ ਕੇ ਗੋਨੇ ਵਾਲਾ ਨਾ ਕਿਆ ਕਰੋ ਤਿੰਨ ਟਾਈਮ ਨਹਾਣਾ ਪਿਆ ਕਰਨਾ ਹੁਣ ਅੱਗੇ ਮਹੀਨੇ ਵਿੱਚ 28 ਦਿਨਾਂ ਵਿੱਚ ਨਹਾਦਾ ਤੁਹਾਨੂੰ ਗੱਲ ਦੱਸਾਂ 28 ਦਿਨਾਂ ਵਿੱਚ ਨਹਾਦਾ ਬੰਦਾ ਇਹ ਕੋਈ ਵੀ ਰਿਕਾਰਡ ਹੈ ਯਾਰ ਨਹਾਨੇ ਆ ਆਪਾਂ ਕਿਹੜਾ ਸ਼ਰਿਆਮ ਬੋਲੀ ਦਾ 27ਵੇਂ 28ਵੇਂ ਦਿਨ ਸਾਡੇ ਖਾਜ ਜੀ ਹੋਣ ਆਪਾਂ ਨੂੰ ਉਦੋਂ ਨਹਾਈਦਾ ਤੋ ਰਾਣੀ ਦਿਖਾਈਏ ਯਾਰ ਰਾਣੀ ਯਾਰ ਤੇਰੇ ਮੈਂ ਨੀਲੇ ਸਕੂਟਰ 'ਚ ਬੰਦ ਕਰ ਲੈਣਾ ਉਹਦੇ ਡਿੱਗੀ 'ਚ ਤਾਂ ਚੁੱਪ ਰਿਹਾ ਕਰ ਮੂੰਹ ਤੇ ਉਂਗਲੀ ਜੱਥੇ ਨੂੰ ਨੀਲਾ ਰੰਗ ਬਹੁਤ ਪਸੰਦ ਹੈ ਨੀਲੀ ਸਕੂਟਰੀ ਨੀਲਾ ਫੋਨ ਦਾ ਪਿੱਛੋਂ ਦਾਚ ਮਿਲਿਆ ਵਾ ਸਿੱਧੂ ਮੂਸੇ ਵਾਲੇ ਕੋਲ ਸਗਾ ਨੀਲਾ ਫੋਨ ਨੀਲਾ ਫੋਨ ਸਿੱਧੂ ਮੂਸੇ ਵਾਲੇ ਕੋਲ ਸਗਾ ਯਾਰ ਮੈਂ ਦੱਸ ਹੱਦ ਹੋ ਗਈ ਮੈਂ ਕੁਝ ਕਹਿਣਾ ਪਰ ਉਹ ਤਾਂ ਤੈਨੂੰ ਜ਼ਿਆਦਾ ਪਸੰਦ ਹੈ ਨਾ ਨੀਲਾ ਰੰਗ ਹਾਂ ਸਹੀ ਗੱਲ ਹੈ ਆ ਸ਼ਰਟ ਵੀ ਵਿੱਚ ਡੱਬੇ ਵੀ ਨੀਲੇ ਆ ਤੇ ਟੋਪੀ ਵੀ ਨੀਲੀ ਨੀਲੇ ਰੰਗ ਨਾਲ ਕੋਈ ਚੱਕਰ ਹੈ ਮੈਂ ਦੱਸ ਦੇ ਮੈਂ ਨੇ ਕਿਸੇ ਨੂੰ ਗੱਲ ਨਹੀਂ ਕਰਦਾ ਮੈਨੂੰ ਦੱਸ ਨਾ ਨਾ ਮੈਨੂੰ ਪਤਾ ਨਹੀਂ ਕੋਈ ਚੱਕਰ ਹੈ ਹੀ ਨਹੀਂ ਮੈਂ ਤੈਨੂੰ ਪਤਾ ਮੇਰੇ ਤਾਂ ਮੇਰੇ ਤਾਂ ਗੂਲਾ ਬਣ ਜਾਂਦਾ ਬਾਬਿਓ ਸਬਸਕ੍ਰਾਈਬ ਕਰ ਲਿਓ ਯਾਰ ਸਾਰੇ ਮੇਰੇ ਭਰਾ ਐਦਾਂ ਰੌਣਕ ਮੇਲਾ ਪੂਰਾ ਚੱਲਦਾ ਰੌਣਕ ਪੂਰੀ ਲੱਗੀ ਮਿੱਟੀ ਦੇਖ ਕਿੰਨੀ ਹਾਂ ਹਾਂ ਮੋਟੂ ਜੇ ਦੇਖਦਾ ਕਰ ਲੈ ਸ਼ਰਮਾ ਮਿੱਟੀ ਦੇਖ ਲੈ ਕਿੰਨੀ ਐਦਾਂ ਨਹੀਂ ਕਹਿਣਾ ਤੂੰ 5 ਦਿਨ ਹੋ ਗਏ ਮੇਰੇ ਕੋਲੇ ਹੀ ਆ ਅਗਲੇ ਨਾ ਤੇਤੇ ਨਹੀਂ ਹੁੰਦੀ ਤੇ ਮੈਂ ਤਾਂ ਭੈਣ ਦਾ ਸਵੇਰ ਨੂੰ ਸਾਜਰੇ ਉੱਠ ਕੇ ਮੇਰੇ ਕਾਲ ਦੇ ਪਹਿਲਾਂ ਕੱਪੜਾ ਮਾਰਨਾ ਭੈਣ ਕੰਮ ਪਤਾ ਕਿਆ ਹੁੰਦਾ ਉਧਰ ਮੈਂ ਕੱਪੜੇ ਪਾ ਕੇ ਸੋਹਣਾ ਬਣ ਕੇ ਆ ਜਾਣਾ ਯਾਨੀ ਕਿ ਆਪਣੇ ਵੱਲੋਂ ਪੂਰੀ ਫੀਲਿੰਗ ਲੈ ਕੇ ਆ ਜਾਣਾ ਉਧਰ ਲਿਬੜੀਆਂ ਘੜੀਆਂ ਦੀ ਕੱਪੜਾ ਮਾਰਨਾ ਪੈਂਦਾ ਆਪ ਵੀ ਉਦਾਂ ਹੋ ਜਾਂਦਾ ਵੇ ਜਦੋਂ ਮੈਂ ਜੋਗ ਤੇ ਜਾਇਆ ਕਰਨਾ ਨਾ ਜਦੋਂ ਮੈਂ ਕੋਈ ਟਿੱਚੇ ਟੂਚਰ ਲੱਗ ਗਿਆ ਮੈਂ ਅੱਗੇ ਜਾ ਰਿਹਾ ਮੇਰੇ ਕਾਲ ਇਲੈਕਟਿਵਾ ਦਾ ਟਿੱਚੇ ਫੜ ਕੇ ਆ ਰਹੇ ਜਲ ਫੜ ਕੇ ਲੱਛਣ ਦੇਖੋ ਓਏ ਲੱਛਣ ਦੇਖ ਆ ਪਾਪਾ ਦੀ ਪਰੀ ਆਂਦੀ ਪਾਪਾ ਦੀ ਪਰੀ ਐਕਚੁਅਲੀ ਨਾ ਸਕੂਟੀ ਤੇ ਵੇਖ ਕੇ ਫੀਲਿੰਗ ਹੋ ਉਤਰਨੀ ਆਂਦੀ ਹੈ ਪਾਪਾ ਦੀ ਪਰੀ ਆ ਗਈ ਗਾਇਸ ਓਏ ਗਾਇਸ ਜਿਹਨੇ ਐਕਚੁਅਲੀ ਨਾ ਬਦਤਮੀਜ਼ ਜੋ ਮੈਨੂੰ ਛੇੜ ਰਿਹਾ ਸੀ ਤੁਸੀਂ ਚੱਲੋਗੇ ਮੇਰੇ ਨਾਲ ਦੱਸੋ ਵੇ ਕਿਹਨੇ ਜਾਣਾ ਹੈ ਪਰੀ ਨਾਲ ਨਹੀਂ ਤੁਸੀਂ ਚੱਲੋਗੇ ਮੈਨੂੰ ਤੁਹਾਡੀ ਗੱਡੀ ਲੈ ਆਓ ਪਰੀ ਸੋਹਣੀ ਹੈ ਦੱਸਿਓ ਥੋੜੀ ਜਿਹੀ ਮੁੱਛਾਂ ਆਈਆਂ ਵਾ ਫੇਕੀ ਹੋਏ ਦਾੜੀਆਂ ਵੀ ਮੈਂ ਸ਼ੇਪ ਕਰਾ ਲੈਣੀ ਹਾਂਜੀ ਕਰਾ ਲਾ ਤੁਸੀਂ ਸ਼ੇਪ ਕਰਾ ਲਾ ਤੁਸੀਂ ਚੱਲੋਗੇ ਤੇ ਬਦਤਮੀਜ਼ ਜੀ ਮੈਨੂੰ ਛੇੜਦੇ ਸੀ ਕੋਈ ਨਹੀਂ ਜ਼ਰੂਰ ਚੱਲਾਂਗੇ ਸੋਹਣੀ ਹੈ ਮਾੜੇ ਜੇ ਬਾਜ਼ਾਰ ਜਾ ਕੇ ਜਾ ਧਿਆਨ ਨਾਲ ਜਾਈ ਇੱਧਰ ਜਾ ਕੇ ਧਿਆਨ ਨਾਲ ਜਾਈ ਸਹੀ ਸਲਾਮਤ ਆ ਜੀ ਆ ਗਈ ਪਰੀ ਮੁੰਡਾ ਬਣ ਗਿਆ ਪਰਾ ਬਣ ਗਿਆ ਹੁਣ ਤੂੰ ਪਰਾ ਬਣ ਗਿਆ ਫਰ ਲਾਨਵਾ
तेन कुड़ी के कुड़ियां का घट यार हद होगी तेन चक्की च बह के तोल देना इधर चक्की च कुड़ियां रख देनी इधर तेनू रख देना मेरा डैडी कहना ना कहना जो तू ना 30 साल का हो गया आपा कहना ना गड्डी लेके आपा यूपी नू जाना अच्छा कादे पापा दी परी लेके आनी तेरे लिए मेरा डैडी कहना अच्छा कहना तेने कहना जिदा ना एक्चुअली तेरे इत्थे था अपने पंजाब च तेरे ना क्योंकि नक तो मेरा इदा का कहना उन्हें देख के तेरे नक दिखा पहला ओए नक ते ना जाई मेते बजा के चल जाई नक यार कैंट सची नक तो पछाण अपनी यार नक मित्रा साडा बाबा जी आ गए पछौड़ी आले कहंदे साडा पिंदरी बाबा क्रूज गड्डी आला इहदे बुलाओ वी आपां इस बाबे को अपना भरा आ जे किसे नूं क्रूज चाहीदी होई बाबा दस इन सिद्धू मूसे वाले को फोन आ रंग दस अब देखो बाबे सिद्धू मूसे वाले अपने बाई को आह कलर फोन का देखो मेरी लस्सी करी जाने यार देखो ₹8 किलो गैस पई सिलेंडर चे सिलेंडर चूल्हे नहीं पैसे चाढ़ती बाबे हुण सलाह दियो यार गैस वाले रफड़ पाना चाहिए चौथा पांचवा चांस हो गया 12 दिन सिलेंडर चलिया पहला हफ्ता चलिया डेढ़ साल च 2 बार रेगुलेटर खराब हो गया ते 2 बार पैप पै गए 3 बार सर्विस कराती यार बड़ा खजल किया अपने सिलेंडर वाले ने सिलेंडर चाहिए चुको पैसे चुको कापी इदा कहना राणी तो हो गई मित्रा चाबी फड़ मैं फड़ ला चाबी मेरे को फोन दो पा लो मैं फोन टूट जाए फड़ो मेनू कुछ देना नहीं मैं कोई फायदा लूंगा चाबी रखी बाबा टायर जो कुम दिलवायो मैक पवायो देखता क्या सोहनी लगती यार साडी राणी आए हाय लिच लिच कर रही यार बाबा बिच मेरा बीड़िया का बंडल होना बहुत महंगा महंगा मेरा पापा कहना तेन मेरा पापा कहना सैक्टर ना पी कर बीड़ी पी लिया
बारात लाई उन्हें पहली हम महीने दो महीने बाद चो है ना जाना नहीं मैं जाना टिकट लैके पहली बारात च कंप्लेट आ गया सुन ले सोनू भाई क्या ड्राइवरी लेंदे टैक्सी लेंदे ना असूल साल सिखाओ चार सवारी घट सी तीन तीन सवारी घट लैके आ गया बंदा सौ रुपया सही गल सही गल यार यार बबे यार की यार भूसले ने माड़ी पर ऐसा करता था नहीं पता नहीं क्या पहली बार की पहली बरात सी ना जा तो मैंने इदा भी छक क्या शायद करो गौर करो इस गल सवारियां पूरियां लेके आ कर ला इतने मेरी बेइज्जती होगी नाल पिंड दा नाल लैंदा जागत पर चार बंदे खड़े मैं ऐसा पिंड दा नाल नाल उदा कह दे मैं चंद ना कह भूसला कह दे भूसले दा किसे नूं क्या पता चंदे चंद करी गया मैं चंद का सारे पता उदा पक्का ना भी लैन लगे था मनजीत सिंह सोहन सिंह का मुंडा वह मैं इन्ना कुछ ना कह इन्ना कुछ ना ये बा मैं नहीं कुछ भी कहा सोह लगे मीते बाबे की मैं नहीं कहा इन्हें कहा ये मैं कैमरा कह भाई इन्हें कहा सोह लगे आ जस्सा गवाह है मैं नहीं कुछ भी कहा देख ली सची बाबे अपनी साली मेरी गल सुन नाराज हो गया लगता मेरे ता ही नठ गया नाराज दादे हो गया चिकन बंदे चिकन खाई जाने ने चिकन खिलाया मैंने परसों इनी लस्सी ना करो यार गड्डी सी एन जी मूह चोल दे चाह पिला दे मेरा डैडी कहंदा हुंदा भुन के खाया कर के जदे चुप कर दिंदा को मैनूं बाबे दस्सियो कोई हल इहनूं ते रख दी गुरदड़े जम्मिया ता ना जम्मण लगे दाई नूं भी टिचर करती होणी मैनूं लगदा एक्चुअली ना बाबा हर टाइम पाल्टी बेचारा कर
ਹਰ ਟਾਈਮ ਬਾਬਾ ਪਾਰਟੀ ਕਰਦਾ ਦਿਹਾੜੀ ਕੌਣ ਪਾ ਕੇ ਆਦਾ ਕਿਹੜੀ ਗੱਡੀ ਪਾ ਕੇ ਆਈਓ ਦਿਹਾੜੀ 48 ਮੇਰੀ ਗੱਲ ਤਾਂ ਥੋੜਾ ਬਾਬਾ ਕਹਿੰਦਾ ਤੁਸੀਂ ਕਰਨੀ ਉੱਤੇ ਪਹਿਲਾਂ ਪੁੱਛ ਲਈ ਵੀ ਬੜਾ ਸਾਰੇ ਪਤੀਲੇ ਹੈਗੇ ਵੀ ਸਰਫ ਆਪਣੀ ਹੋਊਗੀ बाबे हुण चलिया पार्टी करन बाबा कहिंदा ओरो वेट कदे कहिंदा केएफसी हुण देख लै कितने लग जांदा बाबा खुला सदा कहने बाबा कहना खुला सदा जेड़े भरा ने आना आ सकदा कुकड़ी खानी को कुकड़ ए तो हुण कंपनी उ दसूंगा पार्टी साडे चलदी रहंदी दूजे चौथे गेड़ा किन्ने दा सी लंदे गेड़ा गेड़ा तो गरीबी टपके वाला ओ देख ले बाबा बाबा आ गया सानू लैके ऑल वाइट है ऑल वाइट खिलानी बाबे ने बाबा टी शर्ट सेवे पाली मेरे वाली मेरे को भी आई है टी शर्ट सची ताई मैं कहां इतनी खुली खुली कद लगदी मेरा डबल एक्सल आनी तुहाडे पे दूजी आ जांदी ना छोटे भाई देख लो जसरे भाई देख लो हजार नहीं करता फोन किया मुंडे आ गए ऑर्डर मैं कहा बाबे ने देना ठीक है मेरे भरा दे अज पैसे पहली बार आए मैंने हजार भाजी मेरा कोई कसूर नहीं उसताखी माफ इन मेरा किया धक्का जी गरीब बंदा आटा गुन के रोटी खाई रात को सोच दिया भी नंगे पै रही जिथी पा के सोने मैं फोटो देखने आई कलिया मैं दसी जाइए आ रोटी च लपेट के देंगे रोटी होंगी कणक की रोटी घरों लियावे आप कुछ गल करा इन्हों कुकड़ खाना हूं बिहार बाबा यार साडा नवीं नवीं आइटम मंगा लिया बाबा केड़ा बाजरा मंगा लिया ਲੈ ਬੇ ਬਾਬਿਓ ਅੱਜ ਬਾਬਾ ਸਾਨੂੰ ਖਿਲਾਣ ਲੱਗਿਆ ਚਿਕਨ ਰੋਲ ਹੈ ਰੋਬਰਟ ਦਾ ਦੇਖਦੇ ਟੇਸਟ ਕਿਦਾਂ ਦਾ ਲੈ ਜਾ ਤਾਂ ਕੱਪੜੇ ਲਾ ਤੇ ਉਹਦੇ ਯਾਰ ਗਲਤ ਗੱਲ ਆ ਹੋਰ ਇਹਨੂੰ ਕਿ ਕੱਪੜਿਆਂ ਤਾਂ ਨਹੀਂ ਖਾਣਾ ਐਡਾ ਬੜਾ ਲਹਾਵਾ ਦੇ ਤਾਂ ਵਿੱਚੋਂ ਇੰਨਾ ਕੱਪੜਾ ਵਿੱਚ ਰੋਟੀ ਨਹੀਂ ਭੇਟੀ ਉਹਦੇ ਆਹੋ ਹਾਏ ਹਾਏ ਬਾਬਾ ਸਰਾ ਮਾਹੌਲ ਪੂਰਾ ਜੈ ਜੈਕਾਰ ਆਗੇ ਦੇਖਦੇ ਇਸ ਇਸ ਕਿ ਮੈਂ ਕਹਾਂ ਇਸ ਕਰ ਲੈ ਵੇ ਬਾਬੇ ਆਜੋ ਜਿਹਨੇ ਖਾਣਾ ਆ ਮੁੰਡਾ ਕਹਿੰਦੇ ਸਨੈਪਾਂ ਪਾ ਰਿਹਾ ਕਹਿੰਦਾ ਸਨੈਪ ਤੇ ਸਨੈਪ ਡਿੱਗ ਰਹੀ ਆ ਠਾ ਠਾ ਮੇਰੇ ਵੀਰੋ
ਕਾਲਾ ਸੋਡਾ ਵੀ ਨਾਲ ਕਹਿੰਦੇ ਪੀ ਰਹੇ ਮੁੰਡੇ ਕਾਲਾ ਸੋਡਾ ਹੈ ਆਹ ਸਾਡ 11 ਵਜੇ ਆਇਆ ਮੈਂ ਲੈ ਵੇ ਖਾ ਪੀ ਲੈ ਮਿੱਤਰੋ ਨਜ਼ਾਰਾ ਆ ਗਿਆ ਸਿਰਾ ਬਾਬਾ ਸਾਡਾ ਬੰਦਾ ਸਿਰਾ ਯਾਰ ਸਿਰਾ ਬਾਬਾ ਜਿਉਂਦਾ ਬਸ ਨਾ ਰੱਬ ਤੈਨੂੰ ਮੁੰਡਾ ਦਵੇ ਹੋਰ ਇੱਕ ਮੁੰਡਾ ਹੋਰ ਦਵੇ ਬਾਬਾ ਰੱਬ ਤੈਨੂੰ ਕਿੱਦਾਂ ਦਵੇ ਇੱਕ ਦੀ ਤਾਂ ਪੜਾਈ ਮਸੀ ਪੂਰੀ ਹੁੰਦੀ ਖਰਚਾ ਇੱਕ ਦਾ ਮਜੂਰ ਆਨਾ ਇੱਕ ਭੈਣ ਤੋਂ ਉਹ ਦਰਵਾਜ਼ੇ ਦੇਖ ਕੇ ਆ ਕਿੱਦਾਂ ਖਰਚਾ ਇੱਕ ਦਾ ਮਜੂਰ ਆਨਾ ਬਾਬੇ ਦੀ ਕੁੜੀ ਨੇ ਜਾ ਉੱਥੇ ਲੜਾਈ ਜੀ ਨਹੀਂ ਹੋਈ ਸੀ ਬਾਬੇ ਦੀ ਕੁੜੀ ਕਹਿੰਦੀ ਜਾਂਦੀ ਨੇ ਘਰੀ ਰਾਤ ਤਾਂ ਕਹਿੰਦੀ ਉਹ ਜਿਹੜਾ ਕੰਮ ਆ ਜੱਟਾ ਨਾ ਕਹਿੰਦੀ ਉਹ ਡੰਡੇ ਲੱਗਿਆ ਉਹ ਤਾਂ ਮਾਰ ਕਹਿੰਦੀ ਤੇ ਨਾਂਤੀਆਂ ਜਿਹੀਆਂ ਪੰਜਾਂ ਆਂਦੀਆਂ मेनू ले लेना घरे होम डिलीवरी कराया करा बाबा ना मित्रा पूरा एंजॉय पानी अज पूरा किया फुल एंजॉय किया अज का ब्लॉग आप कर लगे एंड जो वधिया लगे तो मेरा भरा चैनल नूं सबसक्राइब कर दिओ वीडियो लाइक कर दिओ शेयर शुरू कर दिओ मिलते हैं किसी नैक्सट ब्लॉग किसी नैक्सट ब्लॉग किसी खरे कंटेंट जब तक टिलन बाय बाय टाटा देखो इसकी डिमांड तो गोल लेके आया यार बंदा चाह नहीं पींदा स्पेशल डिमांड तो गोल लेके आया मैं तैनू यार मैं कह गोल के मैं तैनू कैदन के मैं कह कॉफी बना ये चीज मिल जावे ना फिर फेरी पैर खाने लग यार पैर के मैं तो मैं मेहनत कर करके तो लोका दे पी लेके लेके क्या करना है मैंने कहा तो तन्नू कॉफी बनाना आ चक के चाह मार देखो हरेक बारी बदल जंदा यार ये बंदा बड़ा खरा लो कॉफी तेरी कॉफी ना होई कॉफी बनाने लगे खड़े हो हुन कॉफी बन लगे हुन पीनी पैनी चक के मथे चाह मारी हुन पीनी पैनी कॉफी खरे कर मनजीत छोटे पिंड जागत परा जी तहसील बड़ा चौरा जिला नवा शहर है जी पीदा चाह होना जानदा नहीं तू पूरा तुक बनना जिंदगी चल भरावा तेरे फायदे कहते थे भी इन्हू समझा दे अफे पता नहीं फोन च ऐडा बनाई बनुई जाता कि नैट नुट ते पा दिंदा तेरी बदनामी करदा
ਤੇਰੀਆਂ ਕਮੇਟੜੀਆਂ ਆਈਆਂ ਵਾ ਸਭ ਕੋ ਆਇਆ ਵਾ ਮੇਰੇ ਕਾਹਦੇ ਨਾਲ ਨਾਮ ਲੈ ਵੇ ਮੇਰਾ ਭਰਾ ਆ ਬੇ ਭਰਾ ਭਰਾਵਾਂ ਨੂੰ ਕਹਿ ਸਕਦੇ ਠੀਕ ਨਹੀਂ ਬਈ ਭਰਾ ਭਰਾਵਾਂ ਨੂੰ ਕਹਿ ਸਕਦੇ ਮੇਰੀ ਗੱਲ ਤਾਂ ਸੁਣ ਕਹਿੰਦਾ ਸੋਹਣਾ ਚਨੱਖੇ ਮੁੰਡੇ ਨੂੰ ਉੱਤੇ ਕਹਿੰਦੀ ਇਦਾਂ ਹੀ ਕਹਿੰਦੇ ਹੁੰਦੇ ਸਹੀ ਗੱਲ ਇਹਨੂੰ ਦਿਖਾ ਲਾ ਸੋਹਣਾ ਚਨੱਖੇ ਨੂੰ ਮਾੜਾ ਜਿਹਾ ਦਿਖਾਲਤਾ ਮੈਂ ਯਾਰ ਅੱਜ ਦਿਨ ਸਾਡਾ ਪੂਰਾ ਇੰਜੋਏ ਕੀਤਾ ਆਪਾਂ ਪੂਰਾ ਦਿਨ ਇੰਜੋਏ ਕੀਤਾ ਪੂਰੀ ਚਿੱਲ ਕੀਤੀ ਤੇ ਹੁਣ ਬਲੌਗ ਆਪਾਂ ਐਂਡ ਕਰਤਾ ਆ ਬਾਬੇ ਨੇ ਦੂਆ ਵੀ ਲਿਆਂਦਾ ਬਾਜਰਾ।